ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਿ ਸੰਗਤ ਜੀ, ਉਹ ਦਾਸ ਜੁਗਰਾਜ ਸਿੰਘ ਜੱਬੋਵਾਲ, ਜੋ ਨਿਰਭਉ ਖਾਲਸਾ ਸੇਵਾ ਸੁਸਾਇਟੀ ਅਸੀਂ ਚਲਾ ਰਹੇ ਹਾਂ ਜੀ। ਸਾਡੀ ਇਹ ਸੰਸਥਾ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਵੱਖ ਵੱਖ ਨਗਰਾਂ ਦੇ ਵਿੱਚ ਪਹੁੰਚ ਕੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਜਿਹੜੀ ਮਦਦ ਕਰਦੀ ਹੈ, ਹੈਲਪ ਕਰਦੀ ਹੈ। ਅੱਜ ਸਾਡੀ ਸੰਸਥਾ ਪਿੰਡ ਜੈਤੋ ਸਰਜਾ ਦੇ ਵਿਖੇ ਪਹੁੰਚੀ ਹੈ। ਇੱਥੇ ਵੀਰ ਲਖਵਿੰਦਰ ਸਿੰਘ, ਜੋ ਵੀਰ ਡਰਾਈਵਰੀ ਕਰਦਾ ਸੀ, ਗੱਡੀਆਂ ਚਲਾਉਂਦਾ ਸੀ, ਅਤੇ ਜੋ ਗੱਡੀ ਦਾ ਐਕਸੀਡੈਂਟ ਹੋਣ ਕਾਰਨ ਇਹ ਵੀਰ ਦੇ ਜਿਹੜੀ ਸੱਟ ਲੱਗ ਗਈ ਸੀ, ਅਤੇ ਇਸ ਵੀਰ ਦੇ ਜਿਹੜੇ ਪ੍ਰਸ਼ਨ ਹੋਏ ਨੇ, ਜੋ ਪੇਟ ਦੇ ਵਿੱਚੋਂ ਨਾੜਾਂ ਨੂੜਾਂ ਕੱਢੀਆਂ ਨੇ, ਅਤੇ ਵੀਰ ਦੇ ਐਕਸੀਡੈਂਟ ਹੋਣ ਕਾਰਨ ਜਿਹੜਾ ਘਰ ਦੇ ਵਿੱਚ ਹੋਰ ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈ। ਇਹ ਵੀਰ ਦੇ 3 ਬੱਚੇ ਨੇ, 2 ਬੇਟੇ 1 ਬੇਟੀਆਂ ਛੋਟੇ ਨੇ, ਅਤੇ ਸਾਡੀ ਸੰਸਥਾ ਨਿਰਭਉ ਖਾਲਸਾ ਸੇਵਾ ਸੁਸਾਇਟੀ ਬਾਬਾ ਜਰਨੈਲ ਸਿੰਘ ਜੀ ਅਸ਼ਟਰੀਆ ਵਾਲਿਆਂ ਦੇ ਸਹਿਯੋਗ ਦੇ ਨਾਲ ਇਸ ਪਰਿਵਾਰ ਦੇ ਕੋਲ 1 ਮਹੀਨੇ ਦੀ ਰਾਸ਼ਨ ਦੀ ਰਸਤ ਲੈ ਕੇ ਪਹੁੰਚੀ ਹੈ ਜੀ। ਬੰਦ ਕਰਤਾ ਤੁਸੀਂ? ਨਹੀਂ, ਅੱਜ ਤੋਂ ਵੀ ਹਾਂ, ਹੁਣੇ ਹੀ ਕੀਤਾ। ਰੋਕਿਆ? ਕੋਈ ਨਾ ਰੋਕਿਆ। ਸੋ ਨਿਰਭਉ ਖਾਲਸਾ ਸੇਵਾ ਸੁਸਾਇਟੀ ਇਸ ਪਰਿਵਾਰ ਦੇ ਕੋਲ 1 ਮਹੀਨੇ ਦੀ ਰਾਸ਼ਨ ਦੀ ਰਸਤ ਲੈ ਕੇ ਪਹੁੰਚੀ ਹੈ ਜੀ। ਸੋ ਇਹ ਵੀਰ ਲਖਵਿੰਦਰ ਸਿੰਘ, ਜੋ ਗੱਡੀ ਚਲਾਉਂਦੇ ਸਨ, ਐਕਸੀਡੈਂਟ ਹੋ ਗਿਆ ਸੀ। ਆਓ, ਇਹਨਾਂ ਦੇ ਪਿੰਡ ਦੇ ਵੀ ਮੈਂਬਰ ਕੁਝ ਇੱਥੇ ਮੌਜੂਦ ਨੇ, ਇਹਨਾਂ ਦੇ ਚਾਚਾ ਜੀ। ਆਓ, ਉਹਨਾਂ ਦੇ ਪਾਸੋਂ ਇਹਨਾਂ ਦੀ ਜਾਣਕਾਰੀ ਪ੍ਰਾਪਤ ਕਰੀਏ ਜੀ। ਇਹ ਸਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਾਡੇ ਵੱਡੇ ਵੀਰ ਜੀ ਦੇ ਬੇਟੇ ਲਖਵਿੰਦਰ ਸਿੰਘ ਜੀ, ਜੋ MP ਦੇ ਵਿੱਚ ਡਰਾਈਵਰੀ ਕਰਦੇ ਸਨ। ਪਿੱਛੇ ਜੇ ਇਹਨਾਂ ਦੇ ਡੈਡੀ ਦੀ ਐਕਸੀਡੈਂਟ ਹੋਣ ਕਰਕੇ ਮੌਤ ਹੋ ਚੁੱਕੀ ਸੀਗੀ। ਫਿਰ ਅੱਜ ਥੋੜ੍ਹੇ ਚਿਰ ਤੋਂ ਇਹਨਾਂ ਦੀ ਐਕਸੀਡੈਂਟ ਹੋ ਚੁੱਕਾ ਗੱਡੀ ਦਾ। ਇਹਨਾਂ ਦੇ ਪੇਟ ਦੀਆਂ ਨਾੜੀਆਂ ਜੋ ਨੇ ਇਹ ਪਲਾਸਟਿਕ ਦੀਆਂ ਪੈ ਚੁੱਕੀਆਂ ਨੇ। ਇਹਨਾਂ ਦਾ ਕੋਈ ਵੀ ਹੋਰ ਸਾਧਨ ਕਮਾਉਣ ਵਾਸਤੇ ਕੋਈ ਵੀ ਹੋਰ ਆਦਮੀ ਨਹੀਂ ਹੈ। ਇਹ ਹੀ ਸਾਡੇ ਕੋਲ ਸੀਗਾ। ਇਹਦਾ ਐਕਸੀਡੈਂਟ ਹੋਣ ਕਰਕੇ ਬਹੁਤ ਮੁਸ਼ਕਿਲ ਹੋ ਗਈ ਇਸ ਟਾਈਮ। ਵੇਖੋ ਜੀ, ਇਸ ਵੀਰ ਦੇ ਜਿਹੜਾ ਨਾ ਜੀ ਐਕਸੀਡੈਂਟ ਹੋਣ ਕਾਰਨ ਜਿਹੜਾ ਨਾ ਜੀ ਪੇਟ ਦੇ ਵਿੱਚੋਂ ਨਾੜੀਆਂ ਜਿਹੜੀਆਂ ਕੱਢ ਕੇ ਡਾਕਟਰਾਂ ਵੱਲੋਂ ਪਲਾਸਟਿਕ ਦੀਆਂ ਜਿਹੜੀਆਂ ਨਾੜੀਆਂ ਪਾਈਆਂ ਗਈਆਂ ਨੇ ਜੀ। ਅਤੇ ਵੀਰ ਦੇ ਮੰਜੇ 'ਤੇ ਪੈਣ ਜਾਣ ਕਰਨ ਅਤੇ ਘਰ ਦੇ ਵਿੱਚ ਹੋਰ ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈ, ਅਤੇ ਘਰ ਦੀ ਆਰਥਿਕ ਹਾਲਤ ਵੀ ਬਹੁਤ ਮਾੜੀ ਹੈ। ਜਿਹੜੀ ਬਾਲਿਆਂ ਵਾਲੀ ਛੱਤ ਹੈ, ਵੇਖੋ ਛੱਤ ਵੀ ਜਿਹੜੀਆਂ ਚੌਂਦੀਆਂ, ਕੰਧਾਂ ਦੇ ਉੱਤੇ ਵੀ ਅੱਜ ਤੱਕ ਜਿਹੜੀ ਚੌਂਦਿਆਂ ਦੀ ਸਲਾਬ ਆਈ ਹੈ। ਬਾਲੇ ਵੀ ਗਿੱਲੇ ਨੇ, ਜੋ ਮੌਸਮ ਵੀ ਜਿਹੜਾ ਖਰਾਬ ਹੈ, ਮੀਂਹ ਦਾ ਮੌਸਮ ਹੈ। ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਪਾਈ ਕਿ ਜਦੋਂ ਇਸ ਪਰਿਵਾਰ ਦੇ ਕੋਲ ਪਹੁੰਚੇ ਹਾਂ ਤਾਂ ਸਾਨੂੰ ਪਤਾ ਲੱਗਾ ਕਿ ਇਸ ਪਰਿਵਾਰ ਦਾ ਜਿਹੜਾ ਬਿੱਲ ਵੀ ਨਹੀਂ ਤਰਿਆ ਜੀ। ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਪਾਈ ਕਿ ਜੇ ਕੋਈ ਵੀਰ ਭਰਾ NRI ਵੀਰ ਇਸ ਪਰਿਵਾਰ ਦੀ ਮਦਦ ਕਰ ਸਕਦਾ ਹੋਵੇ ਵੱਧ ਚੜ੍ਹ ਕੇ। ਸੋ ਇਸ ਪਰਿਵਾਰ ਦਾ ਵੀ ਕੰਟੈਕਟ ਨੰਬਰ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪਾ ਦਿੰਦੇ ਹਾਂ ਜੀ। ਨੰਬਰ ਆਪਣਾ ਦੇ ਦਿਓ ਤੁਸੀਂ, ਬੋਲ ਦਿਓ ਜੇ ਕੋਈ ਵੀਰ ਤੁਹਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਜੀ, ਬੋਲ ਦਿਓ। ਕਿਹੜਾ ਨੰਬਰ ਚੱਲਦਾ ਜੀ? ਕਰ ਲਓ ਤੁਸੀਂ? ਹਾਂ, ਟੱਕ ਲਓ ਕੋਈ 62643। ਲਓ ਜੀ, 62643 ਅੱਗੇ 62643 31529। ਸੋ ਜੇ ਕੋਈ ਵੀਰ ਭਰਾ ਇਸ ਪਰਿਵਾਰ ਦੀ ਸਿੱਧੇ ਤੌਰ 'ਤੇ ਵੀ ਮਦਦ ਕਰਨੀ ਚਾਹੁੰਦਾ ਹੋਵੇ ਤਾਂ ਇਸ ਪਰਿਵਾਰ ਦਾ ਜਿਹੜਾ ਮੋਬਾਈਲ ਨੰਬਰ ਵੀ ਤੁਸੀਂ ਲਿਖ ਲਓ ਜੀ, ਲਿਖਾਇਓ ਵੀਰ ਜੀ। 62643।
ਹਾਂਜੀ 62 43 31 29 ਇਸ ਪਰਿਵਾਰ ਦਾ ਕੰਟੈਕਟ ਨੰਬਰ ਹੈ ਜੀ। ਸਿੱਧੇ ਤੌਰ 'ਤੇ ਵੀ ਇਸ ਪਰਿਵਾਰ ਦੀ ਜਿਹੜੀ ਮਦਦ ਕਰ ਸਕਦੇ ਹੋ ਜੀ। ਇਸ ਪਰਿਵਾਰ ਦਾ ਜਿਹੜਾ ਬਿੱਲ ਵੀ ਤਾਰਨ ਵਾਲਾ ਹੈ, ਘਰ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ, ਘਰ ਦੇ ਵਿੱਚ ਹੋਰ ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈ। ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਪਈ ਵੱਧ ਚੜ੍ਹ ਕੇ ਇਸ ਪਰਿਵਾਰ ਦੀ ਜਿਹੜੀ ਮਦਦ ਕੀਤੀ ਜਾਵੇ। ਅੱਜ ਸਾਡੇ ਨਾਲ ਸੰਸਥਾ ਦੇ ਵਿੱਚ ਪਹੁੰਚੇ ਮੈਂਬਰ ਰਾਗੀ ਪਰਮਜੀਤ ਸਿੰਘ ਜੀ ਅਚਲ ਸਾਹਿਬ, ਸਰਦਾਰ ਸੁਖਵਿੰਦਰ ਸਿੰਘ ਜੀ ਕਲੇਰਬਾਲਾ, ਸਰਦਾਰ ਲਖਵਿੰਦਰ ਸਿੰਘ ਜੀ ਕਲੇਰਬਾਲਾ, ਸਰਦਾਰ ਮੰਗਲ ਸਿੰਘ ਜੀ ਕਲੇਰਬਾਲਾ, ਸਰਦਾਰ ਤਰਸੇਮ ਸਿੰਘ ਜੀ ਕਲੇਰਬਾਲਾ, ਗਿਆਨ ਸਿੰਘ ਜੀ, ਸਰਦਾਰ ਗਿਆਨ ਸਿੰਘ ਜੀ ਪਿੰਡ ਜੈਤੋ ਸਰਜੇ ਤੋਂ, ਵੀਰ ਸੁਖਵਿੰਦਰ ਸਿੰਘ ਜੀ ਪਿੰਡ ਜੈਤੇ ਸਰਜੇ ਤੋਂ, ਸੁਦਾਸ ਜਗਰਾਜ ਸਿੰਘ ਜੱਬੋਵਾਲ, ਮੋਬਾਈਲ ਨੰਬਰ 98799 7928। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।